ਸ਼੍ਰੀਕਾਲ ਦਰਸ਼ਕੋ ਕਰੋਨਾ ਵਾਇਰਸ ਪੰਜਾਬ ਵਿੱਚ ਇਹਦਾ ਆਗਮਨ ਅਤੇ ਹੁਣ ਤੱਕ ਸਰਕਾਰ ਵੱਲੋਂ ਕਿਹੜੀ ਪ੍ਰਤੀਕਿਰਿਆ ਰਹੀ ਆ ਇਹਦੇ ਉੱਤੇ ਇੱਕ ਅਨਾਲਿਸਿਸ ਕਰਕੇ ਅਸੀਂ ਵੀਡੀਓ ਬਣਾਉਣ ਲੱਗੇ ਹਾਂ। ਉਮੀਦ ਹੈ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਅਤੇ ਸ਼ੁਰੂ ਕਰਦੇ ਹਾਂ ਜੀ ਵੀਡੀਓ। ਇਹ ਗੱਲ ਤਾਂ ਹੁਣ ਸਾਫ਼ ਹੈ ਵੀ ਜਿਹੜਾ ਪੰਜਾਬ ਵਿੱਚ ਕਰੋਨਾ ਵਾਇਰਸ ਦਾ ਆਗਮਨ ਹੋਇਆ ਵਾ ਉਹ ਵਿਦੇਸ਼ਾਂ ਤੋਂ ਪਰਤੇ ਲੋਕਾਂ ਨਾਲ ਹੋਇਆ। ਸਭ ਤੋਂ ਪਹਿਲੇ ਕੇਸ ਵੀ ਉਹਨਾਂ ਵਿੱਚ ਹੀ ਪਾਏ ਗਏ ਜਿਹੜੇ NRIs ਜਾਂ ਜਿਹੜੇ ਵਿਦੇਸ਼ਾਂ ਤੋਂ ਟੂਰਿਸਟ ਪੰਜਾਬ ਵਿੱਚ ਵਾਪਸ ਆਏ ਆ। ਅੰਮ੍ਰਿਤਸਰ ਵਿੱਚ ਸਭ ਤੋਂ ਜ਼ਿਆਦਾ ਕੇਸ ਹੋਣ ਦਾ ਕਾਰਨ ਵੀ ਇੱਕ ਇਹ ਆ ਵੀ ਉੱਥੇ ਇੰਟਰਨੈਸ਼ਨਲ ਏਅਰਪੋਰਟ ਆ ਅਤੇ ਉੱਥੋਂ ਹੀ ਸਭ ਤੋਂ ਜ਼ਿਆਦਾ ਜਿਹੜੇ ਵਿਦੇਸ਼ਾਂ ਦੇ ਲੋਕ ਗਏ ਸੀ, ਟੂਰਿਸਟ ਵਗੈਰਾ ਗਏ ਸੀ ਇੰਡੀਆ ਤੋਂ, ਉਹ ਸਾਰੇ ਵਾਪਸ ਉੱਥੇ ਆਏ ਆ। ਦੂਜੇ ਨੰਬਰ 'ਤੇ ਸਰਜ ਪੰਜਾਬ 'ਚ ਉਦੋਂ ਆਈ ਆ ਜਦੋਂ ਹਜ਼ੂਰ ਸਾਹਿਬ ਤੋਂ ਸੰਗਤ ਨੂੰ ਵਾਪਸ ਲਿਆਂਦਾ ਗਿਆ। ਉਸ ਟਾਈਮ 'ਤੇ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਉਹ ਗੁਰਦੁਆਰਾ ਪੈਂਦਾ ਵਾ ਅਤੇ ਉੱਥੋਂ ਜਿਹੜਾ ਮਹਾਰਾਸ਼ਟਰ ਦੀ ਸਿਚੁਏਸ਼ਨ ਇਸ ਟਾਈਮ 'ਤੇ ਬਣੀ ਹੋਈ ਆ, ਉੱਥੋਂ ਸਭ ਤੋਂ ਜ਼ਿਆਦਾ ਕੇਸ ਹੈ ਹਿੰਦੁਸਤਾਨ ਦੇ ਵਿੱਚ, ਸਭ ਤੋਂ ਜ਼ਿਆਦਾ ਪੋਜ਼ਿਟਿਵ ਕੇਸਿਸ ਮਹਾਰਾਸ਼ਟਰ 'ਚ ਆ। ਇਹ ਇੱਕ ਨੈਚੁਰਲ ਇੰਸਟਿੰਕਟ ਆ ਹਿਊਮਨਸ ਦੀ ਵੀ ਜਦੋਂ ਵੀ ਕਿਸੇ ਤਰ੍ਹਾਂ ਦੀ ਕੋਈ ਆਫਤ ਆਉਂਦੀ ਆ, ਚਾਹੇ ਉਹ ਨੈਚੁਰਲ ਆਫਤ ਹੋਵੇ, ਕੋਈ ਨੈਚੁਰਲ ਭੂਕੰਪ ਆਇਆ ਹੋਵੇ, ਸੁਨਾਮੀ ਆਈ ਹੋਵੇ, ਜਾਂ ਕੋਈ ਜੰਗ ਲੱਗ ਜਾਏ, ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵਿਪਤਾ ਪੈਂਦੀ ਆ, ਹਰ ਇੱਕ ਬੰਦਾ ਆਪਣੇ ਘਰ ਨੂੰ ਭੱਜਦਾ ਵਾ। ਸੋ ਜਿਹੜੇ ਵਿਦੇਸ਼ਾਂ 'ਚੋਂ NRIs ਆਪਣੇ ਦੇਸ਼ 'ਚ ਪਰਤੇ ਆ, ਜਾਂ ਜਿਹੜੇ ਹਜ਼ੂਰ ਸਾਹਿਬ ਤੋਂ ਲੋਕ ਇੱਕ ਸਟੇਟ 'ਚੋਂ ਦੂਜੀ ਸਟੇਟ ਆਪਣੇ ਪੰਜਾਬ ਸਟੇਟ ਵੱਲ ਗਏ ਆ, ਉਹ ਸਿਰਫ ਇਸ ਕਰਕੇ ਆ ਵੀ ਉਹ ਉੱਥੇ ਸੇਫ ਫੀਲ ਕਰਦੇ ਆ। ਇੱਕ ਹਰ ਇੱਕ ਇਹਦੇ ਵਿੱਚ ਸਰਕਾਰਾਂ ਨੂੰ ਚਾਹੀਦਾ ਸੀ ਵੀ ਉਹਨਾਂ ਨੂੰ ਇੱਕ ਤਰ੍ਹਾਂ ਦਾ ਉਹਨਾਂ ਦੀ ਸਕਰੀਨਿੰਗ ਕਰਕੇ, ਚੰਗੀ ਤਰ੍ਹਾਂ ਟੈਸਟ ਕਰਕੇ, ਉਹਨਾਂ ਨੂੰ ਆਈਸੋਲੇਟ ਕਰਕੇ, ਜਾਂ ਜਿਸ ਤਰ੍ਹਾਂ ਵੀ ਉਹਨਾਂ ਦਾ ਕੋਈ ਪਲੈਨਿੰਗ ਬਣਾ ਕੇ ਉਹਨਾਂ ਨੂੰ ਵਾਪਸ ਘਰਾਂ 'ਤੇ ਭੇਜਿਆ ਜਾਂਦਾ। ਕੋਈ ਉਹ ਬੰਦੇ ਬਾਰਡਰ ਟੱਪ ਕੇ ਆ ਨਹੀਂ ਗਏ, ਕੋਈ ਕੋਈ ਆਪਣੇ ਪਰਸਨਲ ਹਵਾਈ ਜਹਾਜ਼ 'ਤੇ ਲੈ ਕੇ ਆ ਨਹੀਂ ਗਏ ਜਾਂ ਸਮੁੰਦਰ 'ਚ ਆ ਨਹੀਂ ਗਏ, ਉਹ ਇੱਕ ਗਵਰਨਮੈਂਟ ਦੇ ਪ੍ਰੋਸੀਜਰ ਥਾਣੀ ਹੋ ਕੇ ਬਿਲਕੁਲ ਰੂਲਸ ਫੋਲੋ ਕਰਕੇ ਜਿਹੜੇ NRIs ਆਏ ਆ ਉੱਥੇ ਇਮੀਗ੍ਰੇਸ਼ਨ ਦੇ ਪ੍ਰੋਸੈਸ ਥਰੂ ਹੋ ਗਏ, ਫਿਰ ਉਹ ਆਪਣੇ ਪੰਜਾਬ 'ਚ ਆਏ ਆ। ਅਤੇ ਜਿਹੜੇ ਮਹਾਰਾਸ਼ਟਰ 'ਚੋਂ ਬੰਦੇ ਲਿਆਂਦੇ ਗਏ, ਉਹ ਲਿਆਂਦੇ ਸਰਕਾਰ ਨੇ ਆ। ਸੋ ਇੱਥੇ ਜ਼ਿੰਮੇਵਾਰੀ ਵੀ ਸਰਕਾਰ ਦੀ ਬਣਦੀ ਹੈ ਅਤੇ ਗਲਤੀ ਵੀ ਸਰਕਾਰ ਦੀ ਬਣਦੀ ਆ, ਇਹ ਸਰਕਾਰ ਦੀ ਅਣਗਹਿਲੀ ਆ। ਸੋ ਇਹਦੇ ਵਿੱਚ ਜੇ ਆਪਾਂ ਹੁਣ ਸਰਕਾਰ ਨੂੰ ਕੋਸਣਾ ਸ਼ੁਰੂ ਕਰ ਦਈਏ, ਉਹ ਵੀ ਗੱਲ ਬਹੁਤੀ ਜਾਇਜ਼ ਨਹੀਂ, ਕਿਉਂਕਿ ਸਰਕਾਰ ਆਪਣੀ ਪੂਰੀ ਜ਼ੋਰ ਲਾਉਂਦੀ ਆ ਕਿ ਲੋਕਾਂ ਨੂੰ ਇਹਦੇ ਵਾਲੇ ਇਹਦੇ ਲਈ ਇਸ ਵਾਇਰਸ ਤੋਂ ਸੇਫ ਰੱਖਿਆ ਜਾਵੇ, ਇਸ ਬਿਮਾਰੀ ਤੋਂ ਬਚਾਇਆ ਜਾਵੇ। ਇਹਦੇ ਵਿੱਚ ਉਹਨਾਂ 'ਚ ਚਲੋ ਗਲਤੀ ਹੋਈ ਆ, ਇਹ ਆਪਾਂ ਨੂੰ ਰਿਕੋਗਨਾਈਜ਼ ਕਰਨਾ ਚਾਹੀਦਾ ਵਾ, ਇਹਦੇ ਲਈ ਸਰਕਾਰ ਜਵਾਬਦੇਹ ਵੀ ਆ। ਪਰ ਇੱਕ ਤਰ੍ਹਾਂ ਦਾ ਕਿਸੇ ਨੂੰ ਵੀ ਦੋਸ਼ੀ ਠਹਿਰਾਉਣਾ ਜਾਇਜ਼ ਨਹੀਂ, ਚਾਹੇ ਉਹ ਸਰਕਾਰ ਆ ਚਾਹੇ ਉਹ ਲੋਕ ਆ। WHO ਵੱਲੋਂ ਵੀ ਨਿਰਦੇਸ਼ ਇਹੋ ਜਾਰੀ ਕੀਤੇ ਵੀ ਤੁਸੀਂ ਕਿਸੇ ਕੌਮ ਨੂੰ, ਕਿਸੇ ਦੇਸ਼ ਨੂੰ, ਜਾਂ ਕਿਸੇ ਵੀ ਇੱਕ ਫਿਰਕੇ ਨੂੰ ਟਾਰਗੇਟ ਬਣਾ ਕੇ ਉਹਨਾਂ 'ਤੇ ਇਹ ਤਰ੍ਹਾਂ ਦਾ ਦੋਸ਼ ਨਾ ਲਾਓ, ਇਹਦੇ ਨਾਲ ਫਿਰਕਾ ਪ੍ਰਸਤੀ ਫੈਲਦੀ, ਨਫ਼ਰਤ ਫੈਲਦੀ ਆ। ਇਸ ਟਾਈਮ 'ਤੇ ਬਿਲਕੁਲ ਇੱਕ ਤਰ੍ਹਾਂ ਦਾ ਬਲੇਮ ਗੇਮ ਚੱਲਣ ਦਿਆ ਮਹਾਰਾਸ਼ਟਰ ਸਰਕਾਰ ਦੇ ਵਿੱਚ ਅਤੇ ਪੰਜਾਬ ਗੌਰਮੈਂਟ ਦੇ ਵਿੱਚ। ਮਹਾਰਾਸ਼ਟਰ ਦੀ ਸਰਕਾਰ ਆਉਂਦੀ ਆ ਵੀ ਉਹਨਾਂ ਨੇ ਜਿਹੜੀ ਪੰਜਾਬ ਦੇ ਜਿਹੜੀ ਬੱਸਾਂ ਭੇਜੀਆਂ ਸੀ ਪੰਜਾਬ ਗੌਰਮੈਂਟ ਨੇ ਲੋਕਾਂ ਨੂੰ ਉੱਥੋਂ ਲੈ ਕੇ ਜਾਣ ਵਾਸਤੇ, ਇਵੈਕਿਊਏਟ ਕਰਨ ਵਾਸਤੇ, ਉਹ ਬੱਸ ਡਰਾਈਵਰ ਹੀ ਸੰਕ੍ਰਮਿਤ ਸੀ ਪਹਿਲਾਂ। ਪਰ ਪੰਜਾਬ ਗੌਰਮੈਂਟ ਦਾ ਕਹਿਣਾ ਵਾ ਵੀ ਜਿਹੜੀ ਮਹਾਰਾਸ਼ਟਰ ਗੌਰਮੈਂਟ ਨੇ ਉਹਨਾਂ ਲੋਕਾਂ ਦੇ ਚੰਗੀ ਤਰ੍ਹਾਂ ਟੈਸਟ ਨਹੀਂ ਕੀਤੇ, ਉਹਨਾਂ ਨੂੰ ਚੰਗੀ ਤਰ੍ਹਾਂ ਸਾਂਭ ਸੰਭਾਲ ਨਹੀਂ ਕੀਤੀ। ਸੋ ਇਹ ਤਾਂ ਹੁਣ ਜਦੋਂ ਗੱਲ ਸਮੇਂ ਨਾਲ ਪਤਾ ਲੱਗੂ ਕਿ ਗਲਤੀ ਕਿਹਦੀ ਆ, ਪਰ ਇੱਕ ਤਰ੍ਹਾਂ ਦਾ ਆਪਣੇ ਲੋਕਾਂ ਨੂੰ ਸਮਝਣਾ ਚਾਹੀਦਾ ਵਾ ਵੀ ਇਸ ਤਰ੍ਹਾਂ ਇੱਕ ਦੂਜੇ ਨੂੰ ਦੋਸ਼ ਲਾ ਕੇ ਇੱਕ ਦੂਜੇ ਨੂੰ ਨੀਵਾਂ ਵਿਖਾ ਕੇ ਗੱਲ ਨਹੀਂ ਬਣਨੀ। ਇਹ ਥੋੜ੍ਹੇ ਸਿਆਣੇ ਹੋਣਾ ਪੈਣਾ ਸਾਰਿਆਂ ਨੂੰ ਹੀ ਕਿ ਇਹ ਕੋਈ ਜਾਣਬੁੱਝ ਕੇ ਤਾਂ ਬੰਦਾ ਫੈਲਾਉਣ ਨਹੀਂ ਦਿਆ, ਇਹ ਇੱਕ ਹਾਦਸਾ ਵਾ। ਚਲੋ ਗਲਤੀ ਹੋ ਗਈ ਸਰਕਾਰ ਤੋਂ, ਪੰਜਾਬ ਤੋਂ ਹੋਈ ਹੋਵੇ, ਮਹਾਰਾਸ਼ਟਰ ਤੋਂ ਹੋਈ ਹੋਵੇ, ਪੰਜਾਬ ਦੇ ਲੋਕਾਂ ਤੋਂ ਹੋਈ ਹੋਵੇ, ਚਾਹੇ NRIs ਤੋਂ ਹੋਈ ਹੋਵੇ, ਇਹ ਗਲਤੀ ਆ। ਸੋ ਕਿਸੇ ਤੋਂ ਵੀ ਹੋ ਸਕਦੀ ਆ, ਇਹ ਗਲਤੀਆਂ ਕਰਕੇ ਹੀ ਆ ਹੁਣ ਤੱਕ ਇੰਨਾ ਵਾਇਰਸ ਫੈਲ ਚੁੱਕਾ ਵਾ। ਜੇ ਸਾਰੇ ਸਿਆਣੇ ਹੁੰਦੇ ਤਾਂ ਫਿਰ ਤਾਂ ਫੈਲਣਾ ਚਾਹੀਦਾ ਹੀ ਨਹੀਂ ਇੰਨਾ। ਜਿਹੜਾ ਪੰਜਾਬ ਆ ਉਹ ਹਿੰਦੁਸਤਾਨ ਦਾ ਪਹਿਲਾ ਸੂਬਾ ਵਾ ਜਿਹਨੇ ਸਭ ਤੋਂ ਪਹਿਲਾਂ ਲੋਕਡਾਊਨ ਇੰਪੋਜ਼ ਕੀਤਾ ਵਾ। ਸੋ ਇਸ ਦੇ ਵਿੱਚ ਪੰਜਾਬ ਸਰਕਾਰ, ਪੰਜਾਬ ਗੌਰਮੈਂਟ ਵਧਾਈ ਦੀ ਪਾਤਰ ਵੀ ਆ ਕਿ ਉਹਨਾਂ ਨੇ ਇੱਕ ਬੜਾ ਵਧੀਆ ਸਟੈਪ ਚੁੱਕਿਆ। ਪਰ ਜਿੱਥੇ ਸਰਕਾਰ ਨੇ ਇੱਕ ਤਤਪਰ ਆਸਾਂ ਨੂੰ ਸੇਫ ਰੱਖਣ ਵਾਸਤੇ ਬੜਾ ਵਧੀਆ ਕੰਮ ਕਰਦੀ, ਪੂਰੇ ਆਪਣੇ ਜੋਸ਼ ਨਾਲ ਕੰਮ ਕਰਦੀ ਆ, ਪਰ ਉੱਥੇ ਉਹ ਤੋਂ ਕਈ ਕਮੀਆਂ ਵੀ ਰਹੀਆਂ ਵਾ। ਜੇ ਅਸੀਂ ਕਮੀਆਂ ਨੂੰ ਉਭਾਰਾਂਗੇ, ਸਾਹਮਣੇ ਲੈ ਕੇ ਆਵਾਂਗੇ ਅਤੇ ਸਰਕਾਰ ਹੋਰ ਵਧੀਆ ਕੰਮ ਕਰੂ। ਡੈਮੋਕ੍ਰੇਸੀ ਇਸੇ ਤਰੀਕੇ ਨਾਲ ਚੱਲਦੀ ਆ। ਸਾਡੇ ਦੇਸ਼ 'ਚ ਲੋਕਾਂ ਦਾ ਇੱਕ ਸੁਭਾਅ ਆ, ਸਾਰੇ ਦੇਸ਼ ਦਾ ਹੀ ਇਸ ਤਰ੍ਹਾਂ ਵਾ ਕਿ ਜੇ ਤਾਂ ਉਹ ਸਰਕਾਰ ਦੇ ਨਾਲ ਆ ਤੁਹਾਨੂੰ ਹਰ ਸਰਕਾਰ ਦੀ ਗੱਲ ਚੰਗੀ ਲੱਗਦੀ ਆ, ਅਤੇ ਜੇ ਉਹ ਸਰਕਾਰ ਦੇ ਵਿਰੋਧ 'ਚ ਉਹਨਾਂ ਨੇ ਨਿੰਦੀ ਜਾਣਾ, ਉਹਨੇ ਚੰਗੇ ਕੰਮ ਨੂੰ ਵੀ ਮਾੜਾ ਕਹੀ ਜਾਣਾ। ਸੋ ਇਸ ਤਰੀਕੇ ਨਾਲ ਚੱਲਣਾ ਚਾਹੀਦਾ, ਜਿਹੜਾ ਚੰਗਾ ਕੰਮ ਆ ਉਹਨੂੰ ਐਪਰੀਸ਼ੀਏਟ ਕਰੋ, ਜਿਹੜਾ ਗਲਤ ਕੰਮ ਆ ਉਹਨੂੰ ਕ੍ਰਿਟੀਸਾਈਜ਼ ਕਰੋ। ਨੇ ਇੱਕ ਫੰਡ ਜਾਰੀ ਕੀਤਾ ਵਾ, CM ਰਿਲੀਫ ਫੰਡ 20 ਕਰੋੜ ਦੀ ਰਾਸ਼ੀ ਜਾਰੀ ਕੀਤੀ ਆ ਗਰੀਬ ਲੋਕਾਂ ਵਾਸਤੇ। ਉਹਦੇ ਵਿੱਚ ਉਹਨਾਂ ਨੂੰ ਰਾਸ਼ਨ ਪਾਣੀ ਦਿੱਤਾ ਜਾਊਗਾ, ਦਵਾ ਦਾਰੂ ਉਹਨਾਂ 'ਤੇ ਕੀਤਾ ਜਾਊਗਾ, ਅਤੇ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਮਿਨਿਸਟਰਸ ਆ
ਉਹਨਾਂ ਨੇ ਵੀ ਐਲਾਨ ਕੀਤਾ ਵੀ ਇੱਕ ਮੰਥ ਦੀ ਸੈਲਰੀ ਉਹ ਆਪਣੀ ਡੋਨੇਟ ਕਰਦੇ ਸੀ ਐਮ ਰਿਲੀਫ ਫੰਡ ਵਿੱਚ ਅਤੇ ਜਿਹੜੇ ਬਾਕੀ ਐਮ ਐਲ ਏਜ ਆ ਜਿਸ ਤਰ੍ਹਾਂ ਅਕਾਲੀ ਦਲ ਦੇ ਆ ਜਾਂ ਕੁਛ ਆਮ ਆਦਮੀ ਦੇ ਐਮ ਐਲ ਏਜ ਆ ਉਹਨਾਂ ਨੇ ਵੀ ਐਲਾਨ ਕੀਤਾ ਵੀ ਉਹ ਸੀ ਐਮ ਰਿਲੀਫ ਫੰਡ ਦੇ ਵਿੱਚ ਪੈਸੇ ਪਾਉਣਗੇ ਪਰ ਇੱਥੇ ਇੱਕ ਸਵਾਲਿਆ ਚਿੰਨ ਇਹ ਵੀ ਉੱਠਦਾ ਵਾ ਕਿ ਕੀ ਪੰਜਾਬ ਸਰਕਾਰ ਕੋਲ ਇੰਨਾ ਪੈਸਾ ਹੀ ਨਹੀਂ ਸੀ ਹੈਗਾ ਕਿ ਉਹ ਆਪਣੇ ਲੋਕਾਂ ਨੂੰ ਸੌਖੇ ਸਮੇਂ ਸਾਥ ਦੇ ਦਿੰਦੀ ਕਿ ਉਹ ਸਟੇਟ ਦਾ ਖਜ਼ਾਨਾ ਇੰਨਾ ਕੈਪੇਬਲ ਹੋਣੀ ਚਾਹੀਦੀ ਸਰਕਾਰ ਸਾਡੀ ਇੰਨੀ ਵੀ ਉਹ ਕੁਛ ਨਾ ਕੁਛ ਸੰਭਾਲ ਲੈਂਦੀ ਲੋਕਾਂ ਨੂੰ ਉਹ ਉਹਨਾਂ ਨੇ ਇੱਕ ਫੰਡ ਜਾਰੀ ਕਰਤਾ ਵੀ ਸਾਨੂੰ ਡੋਨੇਟ ਕਰੋ ਇਹ ਇੱਕ ਬੜੀ ਸ਼ਰਮਨਾਕ ਗੱਲ ਆ ਇੱਕ ਜਿਸ ਤਰ੍ਹਾਂ ਹੁਣ ਕੈਨੇਡਾ ਵਰਗੇ ਦੇਸ਼ 'ਚ ਵੇਖੀਏ ਤਾਂ ਹਰ ਸਰਕਾਰ ਆਪਣੇ ਲੋਕਾਂ ਨੂੰ ਘਰੇ ਬੈਠਿਆਂ ਤਨਖਾਹ ਦਿੰਦੀ ਆ ਬੜੇ ਜ਼ਿਆਦਾ ਉਹਨਾਂ ਨੇ ਫੈਸਿਲਿਟੀਜ਼ ਦਿੱਤੀਆਂ ਵਾ ਲੋਕਾਂ ਨੂੰ ਫਰੀ ਜਿਹੜੇ ਫਰੰਟਲਾਈਨ ਵਰਕਰਸ ਆ ਉਹਨਾਂ ਨੂੰ ਬੜੇ ਜ਼ਿਆਦਾ ਫੈਸਿਲਿਟੀਜ਼ ਦਿੱਤੀਆਂ ਉਹਨਾਂ ਦੇਸ਼ਾਂ ਨੂੰ ਕੰਪੇਅਰ ਕਰਕੇ ਸਾਨੂੰ ਕੁਝ ਸਿੱਖਣਾ ਚਾਹੀਦਾ ਵਾ ਕਿ ਉਹਨਾਂ ਦੇਸ਼ਾਂ 'ਚ ਕਿਸ ਤਰ੍ਹਾਂ ਕਰਦੇ ਆ ਬੇਸ਼ੱਕ ਹੀ ਉਹਨਾਂ ਦੀ ਡਿਵੈਲਪਮੈਂਟ ਦੀ ਜਿਹੜੀ ਰਫ਼ਤਾਰ ਆ ਜਾਂ ਉਹਨਾਂ ਦੇ ਤਰੱਕੀ ਦਾ ਪੱਧਰ ਆ ਉਹ ਬਹੁਤ ਜ਼ਿਆਦਾ ਉੱਚਾ ਵਾ ਪਰ ਫਿਰ ਵੀ ਸਾਨੂੰ ਆਪਣੇ ਪੂਰਾ ਜ਼ੋਰ ਲਾਉਣਾ ਚਾਹੀਦਾ ਵਾ ਅਸੀਂ ਆਪਣੇ ਲੋਕਾਂ ਦੇ ਨਾਲ ਖੜੀਏ ਲੋਕਾਂ ਨਾਲ ਸਪੋਰਟ ਕਰੀਏ ਹੁਣ ਜਿਹੜਾ ਆਮ ਜ਼ਿੰਦਗੀ 'ਤੇ ਅਸਰ ਪਿਆ ਵਾ ਤੁਹਾਡੇ ਸਾਡੇ ਵਰਗੇ ਲੋਕਾਂ ਦੀ ਜ਼ਿੰਦਗੀ 'ਤੇ ਉਹਦੇ ਬਾਰੇ ਅਸੀਂ ਥੋੜ੍ਹਾ ਅਨੈਲਿਸਿਸ ਕਰਾਂਗੇ ਇੰਟਰਵਿਊ ਲੈ ਕੇ ਵੀਰ ਦਾ ਅਤੇ ਪੰਜਾਬ ਵਿੱਚ ਚਲੋ ਸਾਰੇ ਜਾਣਦੇ ਜੇ ਆ ਕੈਨੇਡਾ ਵਿੱਚ ਵੀਰ ਜਿੰਦਾ ਵਾਲਮਾਰਟ ਕੰਮ ਕਰਦਾ ਅਤੇ ਇਹ ਤੋਂ ਅਸੀਂ ਜਾਣਾਂਗੇ ਵੀ ਇਹਦੀ ਪਰਸਨਲ ਲਾਈਫ ਵਿੱਚ ਇਹਦੀ ਵਰਕ ਲਾਈਫ ਵਿੱਚ ਕੀ ਚੇਂਜਿਸ ਆਏ ਆ ਕਿਸ ਤਰ੍ਹਾਂ ਕੋਪ ਅਪ ਕੀਤੇ ਕਿਸ ਤਰ੍ਹਾਂ ਇਹਨਾਂ ਨੇ ਕੋਈ ਆਪਣੀ ਜ਼ਿੰਦਗੀ ਵਿੱਚ ਚੇਂਜ ਲਿਆਉਂਦੇ ਆ ਉਸ ਚੀਜ਼ ਨੂੰ ਟੈਕਲ ਕਰਨ ਵਾਸਤੇ ਜਾਣਕਾਰੀ ਲਵਾਂਗੇ ਜਿਸ ਤਰ੍ਹਾਂ ਕਿ ਮੇਰੇ ਵੀਰ ਜਗਮੀਤ ਸਿੰਘ ਨੇ ਹੁਣ ਤੱਕ ਤੁਹਾਨੂੰ ਪੰਜਾਬ ਦੇ ਹਾਲਾਤ ਅਤੇ ਉੱਥੇ ਦੇ ਪ੍ਰਸ਼ਾਸਨ ਨਾਲ ਵਾਕਫ ਕੀਤਾ ਹੁਣ ਮੈਂ ਤੁਹਾਨੂੰ ਉਹ ਸੇਮ ਪੁਆਇੰਟਸ 'ਤੇ ਕੈਨੇਡਾ ਬਾਰੇ ਦੱਸੂੰਗਾ ਕਿ ਕੈਨੇਡਾ 'ਚ ਕੀ ਚੱਲ ਰਿਹਾ ਕੀ ਇੱਥੇ ਦਾ ਪ੍ਰਸ਼ਾਸਨ ਕਰ ਰਿਹਾ ਅਤੇ ਕਿਵੇਂ ਇੱਥੇ ਦੇ ਲੋਕ ਸਾਵਧਾਨੀ ਵਰਤ ਰਹੇ ਨੇ ਇਸ ਵਾਇਰਸ ਤੋਂ ਬਚਣ ਦੇ ਲਈ ਸੋ ਜੇ ਮੈਂ ਓਵਰਆਲ ਸਮ ਅਪ ਕਰਾਂ ਤਾਂ ਕਾਫੀ ਮਤਲਬ ਅਲੱਗ ਵਿੱਚ ਇੱਥੇ ਜੋ ਕੈਨੇਡਾ ਦੀ ਸਰਕਾਰ ਆ ਅਤੇ ਜੋ ਲੋਕ ਨੇ ਇਹ ਚੀਜ਼ ਨੂੰ ਟੈਕਲ ਕਰ ਰਹੇ ਨੇ ਸੋ ਸਭ ਤੋਂ ਪਹਿਲਾਂ ਜੋ ਮੇਨ ਡਿਫਰੈਂਸ ਆ ਉਹ ਇਹ ਆ ਕਿ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਫੁੱਲੀ ਲੋਕਡਾਊਨ ਕੀਤਾ ਗਿਆ ਸਰਕਾਰ ਵੱਲੋਂ ਅਤੇ ਉੱਥੇ ਦੀ ਪੰਜਾਬ ਪੁਲਿਸ ਦਾ ਜੋ ਕਾਫੀ ਸਖਤਾਈ ਨਾਲ ਅਤੇ ਈਵਨ ਆਰਮੀ ਮਤਲਬ ਕਾਫੀ ਸਖਤਾਈ ਨਾਲ ਲੋਕਾਂ 'ਤੇ ਇਹ ਚੀਜ਼ ਨੂੰ ਇੰਪੋਜ਼ ਕਰ ਰਹੀ ਆ ਅਤੇ ਕਾਫੀ ਮਤਲਬ ਦਬਦਬਾ ਪੰਜਾਬ ਸਰਕਾਰ ਦੇ ਦਾ ਇਹ ਚੀਜ਼ ਨੂੰ ਲੈ ਕੇ ਪੰਜਾਬ ਦੇ ਵਿੱਚ ਬਟ ਕੈਨੇਡਾ ਦੇ ਵਿੱਚ ਕੀ ਆ ਕਿ ਜੋ ਇੱਥੇ ਦੀ ਸਰਕਾਰ ਆ ਉਹਨਾਂ ਨੇ ਲੋਕਾਂ ਨੂੰ ਕਾਫੀ ਖੁੱਲ੍ਹ ਦਿੱਤੀ ਹੋਈ ਆ ਕਿ ਜਿਸ ਤਰ੍ਹਾਂ ਕਿ ਮੈਂ ਇੱਕ ਗਰੋਸਰੀ ਸਟੋਰ 'ਚ ਕੰਮ ਕਰਦਾ ਤਾਂ ਉੱਥੇ ਕੀ ਆ ਲੋਕ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਲੈਣ ਲਈ ਡੇਲੀ ਆਉਂਦੇ ਨੇ ਬਟ ਜੋ ਮਤਲਬ ਮੇਨ ਚੀਜ਼ ਇਹ ਆ ਕਿ ਇੱਥੇ ਦੇ ਲੋਕਾਂ ਨੇ ਸੋਸ਼ਲ ਡਿਸਟੈਂਸ ਅਤੇ ਜੋ ਵੀ ਆਪਣੀ ਪਰਸਨਲ ਸਾਵਧਾਨੀ ਆ ਉਹਨੂੰ ਲੈ ਕੇ ਲੋਕ ਕਾਫੀ ਮਤਲਬ ਚੁਕੰਨੇ ਨੇਗੇ ਅਤੇ ਸਰਕਾਰਾਂ ਨੇ ਕਾਫੀ ਖੁੱਲ੍ਹ ਦਿੱਤੀ ਹੋਈ ਆ ਲੋਕਾਂ ਨੂੰ ਅਤੇ ਮਤਲਬ ਕੰਪਲੀਟਲੀ ਜੋ ਵੀ ਆ ਲੋਕਡਾਊਨ ਇੰਪੋਜ਼ ਨਹੀਂ ਕੀਤਾ ਗਿਆ ਅਤੇ ਤੁਹਾਡੇ ਕਹਿਣ ਦਾ ਵੀ ਇੱਥੇ ਸਰਕਾਰ ਕਿਸੇ ਬੰਦੇ ਨੂੰ ਫੋਰਸ ਨਹੀਂ ਕਰਦੀ ਵੀ ਘਰ 'ਚ ਰਹਿਣਾ ਨਾ ਸਰਕਾਰਾਂ 'ਚ ਫੋਰਸ ਨਹੀਂ ਕਰ ਰਹੀ ਕਿਸੇ ਨੂੰ ਸਰਕਾਰ ਮਤਲਬ ਲੋਕਾਂ 'ਤੇ ਇੱਕ ਤਰ੍ਹਾਂ ਕਹਿ ਸਕਦੇ ਹਾਂ ਵਿਸ਼ਵਾਸ ਦਿਖਾ ਰਹੀ ਆ ਕਿ ਲੋਕ ਆਪ ਇੰਨੇ ਸਮਝਦਾਰ ਨੇ ਕਿ ਉਹਨਾਂ ਨੂੰ ਇਹ ਪਤਾ ਕਿ ਸਾਡੀ ਸੇਫਟੀ ਪਹਿਲਾਂ ਆਉਂਦੀ ਆ ਕਿ ਲੋਕ ਜੇ ਆਪ ਸੇਫ ਰੱਖਣਗੇ ਆਪਣੇ ਆਪ ਨੂੰ ਤਾਂ ਹੀ ਇਹ ਵਾਇਰਸ ਦਿਨੋਂ ਦਿਨ ਖਤਮ ਹੋਊਗਾ ਇੱਥੇ ਇੰਨੀ ਕੁ ਮਤਲਬ ਸਰਕਾਰ ਨੇ ਵਿਸ਼ਵਾਸ ਜਿਤਾਇਆ ਲੋਕਾਂ ਦੇ ਵਿੱਚ ਅਤੇ ਬੜੀ ਚੰਗੀ ਗੱਲ ਆ ਕਿ ਲੋਕ ਵੀ ਇਹ ਚੀਜ਼ 'ਤੇ ਮਤਲਬ ਇੰਪਲੀਮੈਂਟ ਕਰ ਰਹੇ ਨੇ ਅਤੇ ਇਹੀ ਰੀਜ਼ਨ ਆ ਕਿ ਕੈਨੇਡਾ ਦੇ ਵਿੱਚ ਈਵਨ ਲੋਕਡਾਊਨ ਇੰਪੋਜ਼ ਹੋਏ ਤੋਂ ਬਿਨਾਂ ਇਹ ਵਾਇਰਸ ਕਾਫੀ ਕੰਟਰੋਲ ਦੇ ਵਿੱਚ ਆ ਅਤੇ ਤੁਹਾਡੇ ਵਰਕ ਇਨਵਾਇਰਮੈਂਟ ਬਾਰੇ ਦੱਸੋ ਜੀ ਉੱਥੇ ਕੀ ਚੇਂਜ ਆਏ ਵਰਕ ਇਨਵਾਇਰਮੈਂਟ 'ਚ ਕਾਫੀ ਚੇਂਜਿਸ ਆਏ ਨੇਗੇ ਫਸਟ ਆਫ ਆਲ ਇਹ ਕਿ ਜਿਸ ਤਰ੍ਹਾਂ ਜੋ ਟਾਈਮਿੰਗ ਆ ਗਰੋਸਰੀ ਸਟੋਰ ਦੀ ਉਹ ਟਾਈਮਿੰਗ ਸਰਕਾਰ ਨੇ ਘਟਾਤੀ ਆ 4 ਘੰਟੇ ਨਾਲ ਟਾਈਮਿੰਗ ਘਟਾਤੀ ਆ ਸਟੋਰ ਅੱਗੇ 7 ਤੋਂ 11 ਖੁੱਲ੍ਹਦੇ ਸੀਗੇ ਹੁਣ 9 ਤੋਂ 7 ਜਾਂ ਕਈ ਸਟੋਰ 9 ਤੋਂ 8 ਇੱਦਾਂ ਖੁੱਲ੍ਹ ਰਹੇ ਨੇਗੇ ਅਤੇ ਉਹਦੇ ਨਾਲ ਕੀ ਆ ਕਿ ਜੋ ਮਤਲਬ ਕਸਟਮਰ ਦੇ ਅੰਦਰ ਆਉਣ ਦੀ ਜੋ ਫ੍ਰੀਕੁਐਂਸੀ ਆ ਜਾਂ ਉਹਨਾਂ ਦੀ ਜੋ ਅੰਦਰ ਕਾਊਂਟ ਆ ਕਸਟਮਰਸ ਆ ਉਹ ਅੱਗੇ ਨਾਲੋਂ ਘਟਾ ਦਿੱਤਾ ਗਿਆ ਉਹਦਾ ਰੀਜ਼ਨ ਇਹ ਆ ਤਾਂ ਜੋ ਸਟੋਰ ਦੇ ਵਿੱਚ ਮਤਲਬ ਭੀੜ ਘੱਟ ਰਹੇ ਅਤੇ ਉਹਦੇ ਨਾਲ ਕੀ ਆ ਕਿ ਲੋਕ ਸੋਸ਼ਲ ਡਿਸਟੈਂਸ ਮੈਂਟੇਨ ਕਰ ਸਕਣਗੇ ਕਿਉਂਕਿ ਜੋ ਇਸ ਵਾਇਰਸ ਦੇ ਜੋ ਫੈਲਣ ਦਾ ਮੇਨ ਕਾਰਨ ਇਹੀ ਆ ਕਿ ਜੇ ਮਤਲਬ ਲੋਕ ਗੈਦਰਿੰਗ ਜ਼ਿਆਦਾ ਕਰਨਗੇ ਤਾਂ ਉੱਥੇ ਮਤਲਬ ਵਾਇਰਸ ਦੇ ਫੈਲਣ ਦੇ ਚਾਂਸਿਸ ਜ਼ਿਆਦਾ ਹੋਣਗੇ ਸੋ ਇਹ ਇੱਕ ਕਾਫੀ ਵੱਡਾ ਡਿਫਰੈਂਸ ਦੇਖਿਆ ਗਿਆ ਅਤੇ ਦੂਜੀ ਗੱਲ ਜੋ ਮਤਲਬ ਮੈਂ ਜਿਹੜੀ ਕੰਪਨੀ 'ਚ ਕੰਮ ਕਰ ਰਿਹਾ ਵਾਲਮਾਰਟ 'ਚ ਉੱਥੇ ਮਤਲਬ ਜੋ ਕੰਪਨੀਆਂ ਕਾਫੀ ਸੇਫਟੀ ਪ੍ਰੋਵਾਈਡ ਕਰ ਰਹੀ ਆ ਵਰਕਰਸ ਲਈ ਸੇਫਟੀ ਮਾਸਕ ਸੇਫਟੀ ਸ਼ੀਲਡ ਸੈਨੇਟਾਈਜ਼ਰ ਅਤੇ ਉਸ ਤੋਂ ਬਿਨਾਂ ਸੇਫਟੀ ਗਲਵਸ ਸਾਰਾ ਕੁਛ ਕੰਪਨੀ ਪ੍ਰੋਵਾਈਡ ਕਰ ਰਹੀ ਆ ਆਪਣੇ ਇੰਪਲੋਈਸ ਦੇ ਲਈ ਅਤੇ ਈਵਨ ਉਹਨਾਂ ਨੇ ਇੱਕ ਅਲੱਗ ਤੋਂ ਹੈਲਥ ਕੇਅਰ ਸਰਵਿਸਿਸ ਚਲਾਈਆਂ ਨੇ ਵਰਕਰਸ ਦੇ ਲਈ ਤਾਂ ਜੋ ਮਤਲਬ ਵਰਕਰਸ ਨੂੰ ਕਦੇ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਵਰਕਰਸ ਆਪਣਾ ਮੈਡੀਕਲ ਸਰਵਿਸਿਸ ਲੈ ਸਕਦੇ ਕੰਪਨੀਜ਼ ਤੋਂ ਬਿਲਕੁਲ ਫਰੀ ਅਤੇ ਈਵਨ ਉਹਨਾਂ ਨੂੰ ਪੇਡ ਹੋਲੀਡੇਜ਼ ਵੀ ਦਿੱਤੀ ਜਾ ਰਹੀਆਂ ਨੇ ਜੇ ਉਹ ਸੇਫ ਨਹੀਂ ਫੀਲ ਕਰ ਰਹੇ ਕੰਮ 'ਤੇ ਆਉਣ ਦੇ ਲਈ ਸੋ ਇਸ ਤਰ੍ਹਾਂ ਕਾਫੀ ਮਤਲਬ ਚੇਂਜਿਸ ਆਏ ਨੇ ਸਰਕਾਰ ਵੱਲੋਂ ਵੀ ਕੰਪਨੀ ਵੱਲੋਂ ਵੀ ਅਤੇ ਲੋਕਾਂ ਨੇ ਬੜੀ ਮਤਲਬ ਸਮਝਦਾਰੀ ਨਾਲ ਲੋਕਾਂ ਨੇ ਇਹ ਚੀਜ਼ 'ਤੇ ਐਕਟ ਕੀਤਾ ਹੁਣ ਤੱਕ ਸੋ ਬੜੀ ਖੁਸ਼ੀ ਦੀ ਗੱਲ ਆ ਸੋ ਮੈਂ ਮਤਲਬ ਪਰਸਨਲੀ ਮੈਂ ਇਹ ਬਿਲੀਵ ਕਰਦਾ ਕਿ ਜੇ ਸੇਮ ਵੇ 'ਚ ਪੰਜਾਬ ਦੇ ਲੋਕ ਵੀ ਇਹ ਚੀਜ਼ ਨੂੰ ਇੱਕਜੁੱਟਤਾ ਦੇ ਨਾਲ ਇਹ ਚੀਜ਼ 'ਤੇ ਐਕਟ ਕਰਨਗੇ
ਤਾਂ ਉੱਥੇ ਵੀ ਬੜੀ ਜਲਦੀ ਚੀਜ਼ ਕੰਟਰੋਲ 'ਚ ਹੋ ਜੂਗੀ। ਸੋ ਧੰਨਵਾਦ ਜੀ ਬੜੀ ਇਨਫੋਰਮੇਸ਼ਨ ਵਧੀਆ ਦੇਣ ਵਾਸਤੇ। ਸੁਚਿਤਰਾ ਵੀ ਇਹਨਾਂ ਨੇ ਦੱਸਿਆ ਵਾ ਕਿ ਜਿਹੜਾ ਕੋਲੈਬਰੇਸ਼ਨ ਨਾਲ ਇਹ ਕੰਮ ਚੱਲਣ ਦਿਆ ਵਾ, ਸਰਕਾਰ ਜੋ ਨਿਰਦੇਸ਼ ਨੇ ਲੋਕ ਫੋਲੋ ਕਰਦੇ ਆ, ਜਿਹੜੀ ਲੋਕਾਂ ਦੀਆਂ ਡੇਲੀ ਨੀਡਸ ਆ ਉੱਤੇ ਸਰਕਾਰ ਗੌਰ ਕਰਦੀ ਆ, ਉਹਨਾਂ ਨੂੰ ਖੁੱਲ੍ਹ ਦਿੱਤੀ ਗਈ ਆ ਕਿ ਤੁਸੀਂ ਆਪਣਾ ਜਾਓ ਪਰ ਸਾਵਧਾਨੀਆਂ ਰੱਖੋ। ਅਤੇ ਲੋਕ ਵੀ ਆਪਣਾ ਖਿਆਲ ਰੱਖਦੇ ਆ ਵੀ ਲੋਕਾਂ ਦੀ ਸੇਫਟੀ ਆ ਜੇ ਉਹ ਖਿਆਲ ਰੱਖਣਗੇ। ਇਸੇ ਤਰ੍ਹਾਂ ਜਿਹੜੇ ਇੰਪਲੋਈਜ਼ ਆ, ਜਿਹੜੇ ਦੁਕਾਨਦਾਰ ਆ ਜਿਨ੍ਹਾਂ ਨੇ ਲੋਕ ਕੰਮ ਦਿੱਤਾ ਲੋਕਾਂ ਨੂੰ, ਅਤੇ ਜਿਹੜੇ ਮਾਲਕ ਆ ਉਹ ਵੀ ਪੂਰਾ ਖਿਆਲ ਰੱਖਦੇ ਆ ਕਿ ਸਾਡੇ ਬੰਦਿਆਂ ਨੂੰ ਕੋਈ ਬਿਮਾਰੀ ਨਾ ਫੈਲੇ ਇਸ ਤਰ੍ਹਾਂ, ਅਤੇ ਉਹ ਇਸ ਚੀਜ਼ ਤੋਂ ਬਚੇ ਰਹਿਣ। ਉਹਨਾਂ ਨੂੰ ਪੈਸੇ ਵੱਧ ਦਿੱਤੇ ਜਾ ਰਹੇ ਆ, ਉਹਨਾਂ ਦੀ ਹੈਲਥ ਦਾ ਵੀ ਖਿਆਲ ਰੱਖਿਆ ਜਾ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਸਿੱਖਣ ਦੀ ਲੋੜ ਆ ਵੀ ਸਾਡੇ ਜਿਹੜੇ ਲੀਡਰ ਆ ਉਹ ਸਿਆਣੇ ਬਣਨ, ਲੋਕ ਵੀ ਸਿਆਣੇ ਬਣਨ, ਇਹ ਕੋਲੈਬਰੇਸ਼ਨ ਦਾ ਕੰਮ ਚੱਲਣਾ ਚਾਹੀਦਾ, ਤਾਂ ਇਹ ਕੰਸਟਰਕਟਿਵ ਆਪਾਂ ਕੋਈ ਹੱਲ ਲੱਭ ਸਕਦੇ ਹਾਂ। ਨਹੀਂ ਤਾਂ ਆਪਣੇ ਲੜਾਈ ਹੁੰਦੀ ਹੈ ਜੀ, ਉੱਥੇ ਸਰਕਾਰਾਂ ਨੂੰ ਦਿੰਦੀ ਜਾਂਦੇ ਆ, ਸਰਕਾਰਾਂ ਲੋਕਾਂ ਨੂੰ ਗਾਲਾਂ, ਪੁਲਿਸ ਲੋਕਾਂ ਨੂੰ ਗਾਲਾਂ ਕੱਢੀ ਜਾਂਦੀ ਆ, ਜਾਂ ਸਾਥ ਨਹੀਂ ਦਿੰਦੇ। ਸੋ ਇਸ ਤਰ੍ਹਾਂ ਗੱਲ ਨਹੀਂ ਬਣਦੀ, ਸਿਆਣੇ ਬਣੋ, ਥੋੜ੍ਹਾ ਆਪਣੀ ਦਿਮਾਗ 'ਤੇ ਹੱਥ ਮਾਰੋ ਅਤੇ ਰਣ ਮਿਲ ਕੇ ਇਹਦਾ ਹੱਲ ਕਰੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।